हाँ जी, अज आप गल करांगे फोर्ड 3600 बारे ते फार्म ट्रैक 45, जिहड़ा कि फोर्ड 3600 दी शो दे विच आउंदा। दोहां दे डिफरेंसिस ते सिमिलैरिटीज़ दोहां चीज़ां बारे आपां डिस्कस करांगे। फार्म ट्रैक 45 दी जे आपां गल करिए तां इहदे विच कंपनी ने ADI इंजन लाया जी पावर ट्रैक दा, मतलब कि कपड़े तां पाते फोर्ड दे, शो लाती फोर्ड दी, पर इंजन विच रखता जी पावर ट्रैक दा। 48 हॉर्स पावर दा इंजन आ जी, 3 सिलेंडर लिक्विड सील्ड इंजन कहता है इनू, कि ये जिहड़ा लिक्विड आ वो ये चो लीक नहीं हुंदा, ये सील्ड हैगा। फट्टी वाला उही फोर्ड वाला हिस्सा है जिवें उहदे आउंदा सी बिना पावर स्टेयरिंग तो आ जी। पावर स्टेयरिंग ये ट्रैक्टर नहीं गा। 3 सिलेंडर इंजन आ जिवें मैं दस्या, जिहड़ी बैटरी आ फोर्ड दी ਉਹ ਆਉਂਦੀ ਸੀ ਜੀ ਉੱਪਰ ਸ਼ੋਅ ਦੇ ਵਿੱਚ, ਹੁਣ ਇਹਨਾਂ ਨੇ ਬੈਟਰੀ ਰੱਖਤੀ ਪਾਸੇ ਬਕਸਾ ਲਾ ਤਾ ਉਹਦੇ ਵਿੱਚ। ਕੰਪਨੀ ਕਹਿੰਦੀ ਕਿ 500 ਘੰਟੇ ਤੋਂ ਤੁਸੀਂ ਇਹਦੀ ਸਰਵਿਸ ਕਰਾਓ। ਪਹਿਲਾਂ ਫੋਰਡ ਦੀ 2-250 ਘੰਟੇ ਤੋਂ ਹੁੰਦੀ ਸੀ, ਇਹਦੀ 500 ਘੰਟਾ ਕਹਿਤਾ ਹੈ ਜੀ। ਸਰਵਿਸ ਆ ਜਿਹੜੀ ਉਹ 500 ਘੰਟੇ ਤੋਂ ਹੋਏਗੀ। ਆ ਮੂਹਰੇ ਜਾਲੀ ਦੇਖ ਲਓ, ਉਹਦੇ ਫੋਰਡ 3600 ਲਿਖਿਆ ਸੀ, ਇਕੱਲਾ ਫੋਰਡ ਲਿਖਿਆ ਸੀ 3600 ਦੇ, ਇਹਦੇ ਫਾਰਮ ਟਰੈਕ 45 ਲਿਖਤਾ ਹੈ। ਸੇਮ ਉਹੀ ਜਾਲੀ ਆ, ਉਹੀ ਸ਼ੇਪ ਆ, ਅਤੇ ਇੰਜਣ ਉਹ ਨਹੀਂ ਹੈਗਾ। ਟਰਾਂਸਮਿਸ਼ਨ ਵੀ ਉਹੀ ਹੈ ਜੀ, ਫੋਰਡ ਵਾਲਾ ਹੀ ਟਰਾਂਸਮਿਸ਼ਨ ਆ, ਗੇਅਰ ਬਕਸਾ ਫੋਰਡ ਵਾਲਾ ਹੀ ਆ। ਆਹ ਫੱਟੀ ਵਾਲਾ ਹਿੱਸਾ ਮੈਂ ਦਿਖਾ ਰਿਹਾ, ਪਾਵਰ ਸਟੇਅਰਿੰਗ ਨਹੀਂ ਉਹ ਦਿਖਾ ਰਿਹਾ। ਫੋਟੋ ਦੇ ਵਿੱਚ 6, 50, 16 ਦੇ ਛੋਟੇ ਟਾਇਰ ਆ ਉਹ ਦਿਖਾ ਰਿਹਾ। ਬਾਕੀ ਆ ਫਿਲਟਰ ਫੁਲਟਰ ਜੇ ਲਾ ਕੇ ਥੋੜ੍ਹਾ ਜਿਹਾ ਰੰਗ ਬਿਰੰਗੇ ਜੇ ਹਾਵ ਭਾਵ ਜੇ ਕਸਟਮਰ ਲਈ ਬਣਾਤੇ ਆ, ਟਰੈਕਟਰ ਦੇ ਵੀ ਦਿੱਖ ਚੰਗੀ ਬਣ ਜੇ ਥੋੜ੍ਹੀ ਜੀ। ਜਿਹੜੀ ਇਹਦੀ ਲਿਫਟਿੰਗ ਕੈਪੈਸਿਟੀ ਆ ਉਹ ਹੈਗੀ ਆ ਜੀ 1800 kg। ਡਿਸਟ੍ਰੀਬਿਊਟਰ ਇਹਦੇ ਲੱਗਿਆ ਬ੍ਰੇਕ ਆਇਲ ਅਮਾਈਡ। ਆ ਇੰਜਨ ਦੀ ਫੋਟੋ ਆ ਗਈ ਜਿਹੜੀ ਮੈਂ ਕਿਹਾ ਸੀ ਜੀ, ਇੰਜਨ ਇਹਦਾ ਦੇਖ ਲਓ ਅਤੇ ਅੱਗੇ ਫੋਰਡ 3600 ਦਾ ਦੇਖ ਲਿਓ ਜੇ। ਸਿੰਗਲ ਕਲੱਚ ਹੈ ਜੀ, ਡਬਲ ਕਲੱਚ ਇਹਨਾਂ ਨੇ ਨਹੀਂ ਕੀਤਾ। ਅਤੇ ਉਸ ਤੋਂ ਬਾਅਦ ਜਿਹੜਾ ਫੋਰਡ ਆ, ਮੈਂ ਹੁਣ ਉਹਦੇ ਬਾਰੇ ਦੱਸਦਿਆਂ, ਫੋਰਡ ਡੈਫਰਮ ਸਿਸਟਮ ਆਉਂਦਾ ਸੀ ਜੀ, ਇਹ ਨਹੀਂ ਆਉਂਦਾ ਗਾ। ਇਹਨੂੰ ADI ਕੀਤਾ, ਉਹ ਵੀ 48 ਹਾਊਸ ਪਾਵਰ ਸੀ, 40 ਹਾਊਸ ਪਾਵਰ ਦੀ ਉਹ PTO ਪਾਵਰ ਲਾਉਂਦਾ ਸੀ, ਇਹ ਵੀ ਤਕਰੀਬਨ 40 ਕੁ ਦੀ ਲਾਉਂਦਾ ਹੈ। ਉਹਦੇ ਬ੍ਰੇਕ ਆਇਲ ਅਮਾਈਡ ਨਹੀਂ ਸੀਗੇ, ਇਹਦੇ ਹੈਗੇ ਆ। ਆਹ ਫੋਟੋ ਦੇ ਵਿੱਚ ਤੁਸੀਂ ਸਟਿੱਕਰ ਦੇਖ ਰਹੇ ਹੋ। ਇਹਦਾ ਆਹ ਜਿਹੜਾ ਬੈਕ ਐਂਡ ਹੈ ਉਹ ਫਲੈਟ ਕਰਤਾ ਜੀ, ਹੁੱਕ ਉੱਚੀ ਨੀਵੀਂ ਹੋ ਕੇ ਪੈ ਜੂਗੀ, PTO ਵੀ ਚੱਲ ਪੂ ਹੁੱਕ ਪਾਈ ਤੋਂ। ਡਿਸਟ੍ਰੀਬਿਊਟਰ ਲਾਤਾ ਜੀ ਇਹਦੇ, ਅੱਜ ਦੇ ਟਾਈਮ ਦੇ ਹਿਸਾਬ ਨਾਲ, ਲੋਡ ਦੇ ਹਿਸਾਬ ਨਾਲ ਫੋਰਡ ਦੇ ਉਹਨਾਂ ਟਾਈਮਾਂ 'ਚ ਨਹੀਂ ਆਉਂਦਾ ਸੀ। ਕਰਾਊਨ ਓਪੀਨੀਅਨ ਦੀ ਇਹਦੀ 3 ਸਾਲ ਦੀ ਲਿਖ ਕੇ ਗਰੰਟੀ ਦੇਤੀ ਜੀ। ਇੱਕ ਅੱਗੇ ਮੈਂ ਆ ਹੁਣ ਫੋਰਡ ਦੀ ਓਰਿਜਿਨਲ ਪੁਰਾਣੇ ਫੋਰਡ ਦੀ ਫੋਟੋ ਲਾਈ ਹੈਗੀ ਆ, ਇਹਦੇ ਨਾਲ ਤੁਸੀਂ ਕੰਪੇਅਰ ਕਰ ਲਓ ਇੰਜਣ ਆ ਨਵੇਂ ਵਾਲੇ ਦਾ। ਹੁਣ ਅੱਗੇ ਤੁਹਾਨੂੰ ਫੋਟੋ ਦਿਖਾ ਰਿਹਾ, ਆਹ ਟਰੈਕਟਰ ਆਏ ਸੀਗੇ ਜਿਹੜੇ ਹੁਣ ਲੇਟੈਸਟ ਆਏ ਆ, ਸੇਮ ਐਜ਼ ਇਟ ਇਜ਼ ਜਿਵੇਂ ਪੁਰਾਣਾ ਫੋਰਡ ਆਉਂਦਾ ਸੀ। ਅਤੇ ਉਸ ਤੋਂ ਅੱਗੇ ਇੱਕ ਹੋਰ ਫੋਟੋ ਆਊਗੀ, ਉਹਦੇ ਵਿੱਚ ਹਿੱਸਾ ਦੂਜਾ ਲੱਗਿਆ ਹੋਇਆ ਜੀ ਫਾਰਮ ਟਰੈਕ ਵਾਲਾ ਫੋਰਡ ਦੇ, ਅਤੇ ਉਹ ਪਾਵਰ ਸਟੇਅਰਿੰਗ ਵੀ ਹੈ, ਉਹ ਵੀ ਆਊਗੀ ਫੋਟੋ। ਮਤਲਬ ਕਿ ਕੰਪਨੀ ਨੇ ਟਰੈਕਟਰ ਲਾਂਚ ਤਾਂ ਕੀਤੇ ਹੋਣਗੇ, ਜਾਂ ਮਾਰਕੀਟ ਨਹੀਂ ਬਣੀ, ਜਾਂ ਕੀ ਚੱਕਰ ਬਣਿਆ, ਇਹਦੇ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ।